ਹਾਂਜੀ ਦੋਸਤੋ, ਇਹ ਮੇਰੇ ਦੋ ਬੋਲ ਉਸ ਚਾਹ ਵਾਲੀ ਭੈਣ ਵਾਸਤੇ ਨੇ, ਜ਼ਰੂਰ ਸੁਣਿਓ। ਪਿਓ ਨੂੰ ਮਾੜਾ ਕਹਿ ਕੇ ਭਾਵੇਂ ਡੋਨੇਸ਼ਨ ਇਕੱਠੀ ਕਰ ਲਈ, ਇੱਕ ਚਾਹ ਵਾਲੀ ਕੁੜੀ ਨੇ ਕਹਿੰਦੇ ਦੁਨੀਆ ਕਮਲੀ ਕਰ ਲਈ, ਤੈਨੂੰ ਹਰ ਇੱਕ ਚੀਜ਼ ਦਵਾਈ ਉਹਨੇ ਮਹਿੰਗੀ ਸਸਤੀ ਏ, ਗੁਰਸਿੱਖ ਪਿਓ ਨੂੰ ਧੀਏ ਹੁਣ ਨਸ਼ੇੜੀ ਦੱਸਦੀ ਏ, ਆਪਣੇ ਗੁਰਸਿੱਖ ਪਿਓ ਨੂੰ ਧੀਏ ਹੁਣ ਨਸ਼ੇੜੀ ਦੱਸਦੀ ਏ। ਚਾਹ ਵਾਲੀਏ ਭੈਣੇ ਤੈਨੂੰ ਮਾੜਾ ਨਹੀਂ ਮੈਂ ਕਹਿੰਦਾ, ਲੱਖ ਲੜਾਈ ਹੋ ਜੇ ਪਰ ਪਿਓ ਤਾਂ ਪਿਓ ਹੀ ਰਹਿੰਦਾ, ਮੂੰਹ 'ਤੇ ਹਮਦਰਦੀ ਜਤਾਉਂਦੇ ਪੈਠ ਪਿੱਛੇ ਦੁਨੀਆ ਹੱਸਦੀ ਏ, ਗੁਰਸਿੱਖ ਪਿਓ ਨੂੰ ਧੀਏ ਕਿਉਂ ਨਸ਼ੇੜੀ ਦੱਸਦੀ ਏ, ਗੁਰਸਿੱਖ ਪਿਓ ਨੂੰ ਧੀਏ ਹੁਣ ਨਸ਼ੇੜੀ ਦੱਸਦੀ ਏ। ਅੱਖਾਂ ਵਿੱਚ ਰੋਣਾ ਸੀ ਬਾਪੂ ਦੇ, ਉਹਨੇ ਵੀਡੀਓ ਜਦ ਦੇਖੀ ਤੇਰੀ, ਮੈਨੂੰ ਕਾਹਤੋਂ ਮਾੜਾ ਬੋਲੀ ਧੀ ਰਾਣੀ ਮੇਰੀ, ਮੋੜ ਕੇ ਤੈਨੂੰ ਜਵਾਬ ਦਿਆਂ ਨਾ ਗੱਲ ਮੇਰੇ ਵੱਸਦੀ ਏ, ਗੁਰਸਿੱਖ ਪਿਓ ਨੂੰ ਧੀਏ ਕਿਉਂ ਨਸ਼ੇੜੀ ਦੱਸਦੀ ਏ, ਗੁਰਸਿੱਖ ਪਿਓ ਨੂੰ ਧੀਏ ਹੁਣ ਨਸ਼ੇੜੀ ਦੱਸਦੀ ਏ। ਚਾਹ ਵਾਲੀ ਭੈਣ ਤੋਂ ਗਲਤੀ ਹੋ ਗਈ, ਹੁਣ ਮਾਪ ਇਹਨੂੰ ਕਰ ਦਿਓ, ਪਰਿਵਾਰ ਨਾਲ ਸੁਲਾ ਕਰਵਾ ਦਿਓ, ਸਿਰ 'ਤੇ ਹੱਥ ਵੀ ਇਹਦੇ ਧਰ ਦਿਓ, ਜ਼ਿੰਦਗੀ ਨੇ ਕਿਹੜੇ ਮੋੜ 'ਤੇ ਲਿਆਤਾ ਗੱਲ ਨਾ ਇਹਦੇ ਵੱਸਦੀ ਏ, ਗੁਰਸਿੱਖ ਪਿਓ ਨੂੰ ਧੀਏ ਹੁਣ ਨਸ਼ੇੜੀ ਦੱਸਦੀ ਏ, ਗੁਰਸਿੱਖ ਪਿਓ ਨੂੰ ਧੀਏ ਕਿਉਂ ਨਸ਼ੇੜੀ ਦੱਸਦੀ ਏ। ਇਹ ਚਾਹ ਵਾਲੀ ਕੁੜੀ ਦਾ ਗੁਰਸਿੱਖ ਬਾਪੂ ਆਟੋ ਚਲਾ ਕੇ ਆਪਣੀ ਬੁੱਢੀ ਮਾਂ ਨੂੰ ਵੀ ਪਾਲ ਰਿਹਾ। ਚਲੋ, ਘਰਾਂ ਦੇ ਵਿੱਚ 100 ਲੜਾਈਆਂ ਹੋ ਜਾਂਦੀਆਂ ਨੇ, ਅਸੀਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਚਾਹ ਵਾਲੀ ਕੁੜੀ ਦਾ ਪਰਿਵਾਰ ਇਕੱਠਾ ਹੋ ਜੇ, ਇਹਨਾਂ ਦੀ ਸੁਲਾ ਸਫਾਈ ਹੋ ਜੇ। ਅਤੇ ਦੋਸਤੋ, ਤੁਹਾਨੂੰ ਜੇਕਰ ਸਾਡੇ ਇਹ ਦੋ ਬੋਲ ਚੰਗੇ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਅਤੇ ਬਾਕੀ ਚਾਹ ਵਾਲੀ ਭੈਣ ਨੂੰ ਬੁਰਾ ਭਲਾ ਕਹਿਣਾ ਬੰਦ ਕਰ ਦਿਓ। ਚਲੋ, ਬੱਚੀ ਸੀ, ਬੱਚੀ ਨੇ ਗਲਤੀ ਕੀਤੀ ਹੈ ਅਤੇ ਉਸਨੇ ਮਾਫ਼ੀ ਵੀ ਮੰਗੀ ਹੈ।